ਕੀ ਤੁਹਾਨੂੰ ਪਤਾ ਹੈ ਕਿ ਯੂਨੀਫਾਰਮ ਤੇ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਵਿੱਚ ਕੀ ਫਰਕ ਹੈ? ਜੇਕਰ ਆਪਾਂ ਕਿਸੇ ਡਾਈਪੋਲ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਕੀ ਹੁੰਦਾ ਹੈ? ਇਹ ਸਾਰਾ ਕੁਝ ਜਾਣਨ ਦੇ ਲਈ ਜੁੜੇ ਰਹੋ ਮੇਰੀ ਇਸ ਵੀਡੀਓ ਦੇ ਵਿੱਚ। ਮੈਂ ਹਾਂ ਹਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਫਿਜ਼ਿਕਸ ਬਾਏ ਸਿੱਧੂ ਸਾਹਿਬ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਯੂਨੀਫਾਰਮ ਤੇ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਫਰਕ ਆ। ਇੱਥੇ ਆਪਾਂ ਦੇਖ ਰਹੇ ਯੂਨੀਫਾਰਮ ਇਲੈਕਟ੍ਰਿਕ ਫੀਲਡ, ਦੂਜੇ ਪਾਸੇ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਆ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਇਜ਼ ਸੇਮ ਐਟ ਆਲ ਪਲੇਸ, ਤਾਂ ਆਪਾਂ ਨੂੰ ਕਹਾਂਗੇ ਕਿ ਯੂਨੀਫਾਰਮ ਇਲੈਕਟ੍ਰਿਕ ਫੀਲਡ ਆ। ਜੇਕਰ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਫਰੈਂਟ ਆ ਐਟ ਡਿਫਰੈਂਟ ਪਲੇਸ, ਤਾਂ ਆਪਾਂ ਕਹਾਂਗੇ ਕਿ ਉਹ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ। ਇਹਨੂੰ ਆਪਾਂ ਐਗਜ਼ਾਮਪਲਸ ਦੇ ਨਾਲ ਸਮਝਦੇ ਹਾਂਗੇ ਡਿਟੇਲ ਦੇ ਵਿੱਚ। ਫਸਟ ਐਗਜ਼ਾਮਪਲ ਦੇਖੋ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਇਸ ਐਰੋਜ਼ ਦੇ ਨਾਲ, ਇਲੈਕਟ੍ਰਿਕ ਫੀਲਡ ਲਾਈਨਸ ਦੇ ਨਾਲ ਸ਼ੋਅ ਕੀਤੀਆਂ ਜਾਂਦੀਆਂ ਨੇ। ਤਾਂ ਇੱਥੇ ਤੁਸੀਂ ਦੇਖੋ ਇਹਨਾਂ ਦਾ ਮੈਗਨੀਟਿਊਡ ਸੇਮ ਹੈ, ਡਾਇਰੈਕਸ਼ਨ ਵੀ ਸਾਰਿਆਂ ਦੀ ਕੀ ਆ ਸੇਮ ਆ, ਤਾਂ ਇਹ ਕੀ ਆ ਯੂਨੀਫਾਰਮ ਇਲੈਕਟ੍ਰਿਕ ਫੀਲਡ ਨੂੰ ਸ਼ੋਅ ਕਰ ਰਿਹਾ ਗਾ। ਆਹ ਦੂਜੀ ਐਗਜ਼ਾਮਪਲ ਲੈ ਲੈਂਦੇ ਆਪਾਂ, ਆਹ ਮੰਨ ਲਓ ਕਿ ਪੋਜ਼ਿਟਿਵ ਕੰਡਕਟਰ ਆ, ਨੈਗੇਟਿਵ ਕੰਡਕਟਰ ਆ, ਠੀਕ ਹੈ। ਤੇ ਪੋਜ਼ਿਟਿਵ ਤੋਂ ਨੈਗੇਟਿਵ ਦੇ ਵੱਲ ਨੂੰ ਇਲੈਕਟ੍ਰਿਕ ਫੀਲਡ ਲਾਈਨਸ ਆਪਾਂ ਡਰਾ ਕਰਦੇ ਹਾਂ ਕਿ ਸਾਰੇ ਲਾਈਨਾਂ ਦੇ ਵਿਚਕਾਰ ਜੋ ਸਪੇਸ ਹੈ, ਸਟਰੈਂਥ ਆ, ਉਹ ਸੇਮ ਹੈ, ਠੀਕ ਹੈ। ਮੈਗਨੀਟਿਊਡ ਵੀ ਸੇਮ ਆ, ਡਾਇਰੈਕਸ਼ਨ ਵੀ ਸੇਮ ਆ। ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਜੇਕਰ ਡਾਇਰੈਕਸ਼ਨ ਤੇ ਮੈਗਨੀਟਿਊਡ ਸੇਮ ਹੋਵੇ ਤਾਂ ਆਪਾਂ ਉਹਨੂੰ ਕਹਾਂਗੇ ਕਿ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ। ਕਲੀਅਰ ਹੈ? ਤੇ ਹੁਣ ਗੱਲ ਕਰਦੇ ਆਪਾਂ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੀ। ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਹੈਗਾ, ਇਲੈਕਟ੍ਰਿਕ ਫੀਲਡ ਸਟਰੈਂਥ ਆ, ਜੋ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਜੋ ਵੈਲਿਊ ਆ, ਉਹ ਡਿਫਰੈਂਟ ਹੋਊਗੀ ਡਿਫਰੈਂਟ ਪਲੇਸ ਤੇ। ਜਿਵੇਂ ਫਸਟ ਐਗਜ਼ਾਮਪਲ ਦੇਖੋ, ਇਸ ਪੋਜੀਸ਼ਨ ਤੇ ਇਲੈਕਟ੍ਰਿਕ ਫੀਲਡ ਲਾਈਨਸ ਨੇੜੇ ਨੇਗੀਆਂ, ਕਲੋਜ਼ਲੀ ਸਪੇਸਡ ਨੇਗੀਆਂ, ਤੇ ਇੱਥੇ ਆ ਕੇ ਉਹ ਖੁੱਲ ਗਈਆਂ, ਬਰਾਡ ਹੋ ਗਈਆਂ। ਤਾਂ ਇਟ ਮੀਨਸ ਕਿ ਇੱਥੇ ਇਲੈਕਟ੍ਰਿਕ ਫੀਲਡ ਸਟਰੈਂਥ ਜ਼ਿਆਦਾ, ਉੱਥੇ ਜਾ ਕੇ ਘਟ ਗਈ। ਤਾਂ ਕੀ ਹੈ, ਇਲੈਕਟ੍ਰਿਕ ਫੀਲਡ ਕੀ ਹੈਗਾ, ਨਾਨ ਯੂਨੀਫਾਰਮ ਆ। ਸੈਕਿੰਡ ਐਗਜ਼ਾਮਪਲ ਦੇ ਵਿੱਚ ਵੀ ਆਪਾਂ ਦੇਖ ਰਹੇਗੇ, ਜੋ ਉੱਪਰ ਲਾਈਨਾਂ ਨੇ, ਉੱਪਰ ਵਾਲਾ ਇਲੈਕਟ੍ਰਿਕ ਫੀਲਡ ਸਟਰੈਂਥ ਆ, ਜੋ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਆ, ਉੱਥੇ ਆ ਕੀ ਹੈ, ਉੱਥੇ ਇਲੈਕਟ੍ਰਿਕ ਫੀਲਡ ਦੀ ਜੋ ਵੈਲਿਊ ਹੈ ਉਹ ਜ਼ਿਆਦਾ ਹੈ। ਜਿਉਂ ਜਿਉਂ ਨੀਚੇ ਜਾ ਰਹੇ ਆਪਾਂ, ਤਾਂ ਇਲੈਕਟ੍ਰਿਕ ਫੀਲਡ ਲਾਈਨਸ ਨੇ ਜਿਹੜੀਆਂ, ਉਹ ਸਪੇਸ ਉਹਨਾਂ ਦੇ ਵਿੱਚ ਵੱਧਦੀ ਜਾ ਰਹੀ ਆ, ਤੇ ਉੱਥੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਜੋ ਵੈਲਿਊ ਹੈ ਉਹ ਘਟਦੀ ਜਾ ਰਹੀ ਆ। ਤਾਂ ਇਹ ਵੀ ਕੀ ਹੈ ਕਿ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਨੂੰ ਸ਼ੋਅ ਕਰ ਰਿਹਾ ਹੈਗਾ, ਠੀਕ ਹੈ। ਡਾਇਰੈਕਸ਼ਨ ਚਾਹੇ ਇਹਨਾਂ ਸਾਰਿਆਂ ਦੀ ਸੇਮ ਆ, ਬਟ ਇੱਥੇ ਕੀ ਹੋ ਗਿਆ, ਕੀ ਫਰਕ ਪਿਆ, ਮੈਗਨੀਟਿਊਡ ਵੀ ਸੇਮ ਲੱਗ ਰਿਹਾ, ਡਾਇਰੈਕਸ਼ਨ ਵੀ ਸੇਮ ਲੱਗ ਰਹੀ ਹੈ, ਕੀ ਫਰਕ ਹੈ ਇੱਥੇ? ਇੱਥੇ ਫਰਕ ਹੈ ਕਿ ਇਲੈਕਟ੍ਰਿਕ ਫੀਲਡ ਜੋ ਇੰਟੈਂਸਿਟੀ ਆ ਉਹ ਉੱਪਰ ਕਲੋਜ਼ਲੀ ਸਪੇਸ ਲਾਈਨਾਂ ਹੋਣ ਕਰਕੇ ਉੱਥੇ ਜ਼ਿਆਦਾ ਗਈ, ਤੇ ਨੀਚੇ ਘਟਦੀ ਜਾ ਰਹੀ ਆ। ਤੀਜੀ ਐਗਜ਼ਾਮਪਲ ਦੇ ਨਾਲ ਆਪਾਂ ਸਮਝਦੇ ਹਾਂ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਨੂੰ। ਇਸ ਦੇ ਵਿੱਚ ਕੀ ਹੈਗਾ, ਡਾਇਰੈਕਸ਼ਨ ਸਾਰਿਆਂ ਦੀ ਸੇਮ ਆ ਇਲੈਕਟ੍ਰਿਕ ਫੀਲਡ ਲਾਈਨਸ ਦੀ, ਬਟ ਮੈਗਨੀਟਿਊਡ ਘਟਦਾ ਜਾ ਰਿਹਾ, ਸਪੇਸ ਵੀ ਦੋਨਾਂ ਸਾਰਿਆਂ ਦੇ ਵਿੱਚ ਸੇਮ ਆ, ਸਪੇਸ ਸੇਮ ਆ, ਡਾਇਰੈਕਸ਼ਨ ਸੇਮ ਆ, ਬਟ ਇੱਥੇ ਕੀ ਘਟ ਗਿਆ, ਮੈਗਨੀਟਿਊਡ ਘਟ ਗਿਆ। ਤਾਂ ਮੈਗਨੀਟਿਊਡ ਘਟਣ ਦੇ ਨਾਲ ਵੀ ਕੀ ਹੋ ਜਾਂਦਾ, ਇਲੈਕਟ੍ਰਿਕ ਫੀਲਡ ਲਾਈਨਸ ਨੇ ਜੋ ਇਲੈਕਟ੍ਰਿਕ ਫੀਲਡ ਹੈ ਉਸ ਨੂੰ ਕੀ ਕਰ ਦਿੰਦੇ ਨੇ, ਨਾਨ ਯੂਨੀਫਾਰਮ ਬਣਾ ਦਿੰਦੇ ਨੇ। ਤਾਂ ਇਹ ਤਿੰਨ ਐਗਜ਼ਾਮਪਲਾਂ ਤੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਕੀ ਹੁੰਦਾ ਤੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਕੀ ਹੁੰਦਾ ਹੈਗਾ, ਠੀਕ ਹੈ। ਹੁਣ ਜੋ ਇਹ ਆਪਾਂ ਨੇ ਪੜਿਆਗਾ ਯੂਨੀਫਾਰਮ ਤੇ ਨਾਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਬਾਰੇ, ਇਸ ਤੋਂ ਕੁਐਸਚਨ ਇੱਕ ਨੰਬਰ ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨ ਬਣ ਕੇ ਆ ਸਕਦਾ ਹੈਗਾ। ਤੁਹਾਡੇ ਕੋਲ ਸਾਹਮਣੇ ਚਾਰ ਡਾਇਗ੍ਰਾਮ ਹੋ ਸਕਦੇ ਨੇ ਇਹਨਾਂ ਦੇ ਵਿੱਚੋਂ, ਕਿ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਇਲੈਕਟ੍ਰਿਕ ਫੀਲਡ ਯੂਨੀਫਾਰਮ ਹੈ, ਜਾਂ ਪੁੱਛ ਸਕਦਾ ਕਿ ਕਿਹੜਾ ਨਾਨ ਯੂਨੀਫਾਰਮ ਹੈ, ਠੀਕ ਹੈ। ਤਾਂ ਤੁਹਾਨੂੰ ਜੇ ਕਨਸੈਪਟ ਮਾਈਂਡ ਦੇ ਵਿੱਚ ਹੈ ਤਾਂ ਤੁਸੀਂ ਆਸਾਨੀ ਦੇ ਨਾਲ ਟਿੱਕ ਲਗਾ ਦੋਗੇ। ਹੁਣ ਆਪਾਂ ਦੇਖਾਂਗੇ ਕਿ ਜੇਕਰ ਆਪਾਂ ਕਿਸੇ ਇਲੈਕਟ੍ਰਿਕ ਡਾਈਪੋਲ ਨੂੰ ਇੱਕ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਰੀਜਨ ਦੇ ਵਿੱਚ ਰੱਖਦੇ ਹਾਂ ਤਾਂ ਕੀ ਹੋਵੇਗਾ, ਕੀ ਹੋਵੇਗਾ? ਜਦੋਂ ਆਪਾਂ ਕਿਸੇ ਡਾਈਪੋਲ ਨੂੰ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਸ ਤੇ ਟਾਰਕ ਲੱਗਦਾ ਹੈ, ਇੱਕ ਟਰਨਿੰਗ ਇਫੈਕਟ ਲੱਗਦਾ ਹੈ, ਉਹ ਜੋ ਡਾਈਪੋਲ ਹੈ ਉਹ ਘੁੰਮ ਜਾਂਦਾ ਹੈ, ਠੀਕ ਹੈ। ਪਰ ਉਹ ਡਿਪੈਂਡ ਕਰਦਾ ਹੈ ਕਿ ਉਹ ਕਿਸ ਐਂਗਲ ਤੇ ਰੱਖਿਆ ਗਿਆ। ਤਾਂ ਆਪਾਂ ਉਸ ਦਾ ਐਕਸਪ੍ਰੈਸ਼ਨ ਪਤਾ ਕਰਨਾ ਹੁਣ ਇਸ ਟੌਪਿਕ ਦੇ ਵਿੱਚ ਕਿ ਕਿੰਨਾ ਟਾਰਕ ਲੱਗੇਗਾ ਜਦੋਂ ਆਪਾਂ ਕਿਸੇ ਡਾਈਪੋਲ ਨੂੰ ਇਲੈਕਟ੍ਰਿਕ ਫੀਲਡ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ। ਮੰਨ ਲਓ ਇਹ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ E, ਇਸ ਦੇ ਵਿੱਚ ਆਪਾਂ ਨੇ ਇੱਕ ਡਾਈਪੋਲ ਰੱਖ ਲਿਆ। ਮੰਨ ਲਓ E ਦੀ ਡਾਇਰੈਕਸ਼ਨ ਦੇ ਨਾਲ ਜੋ ਡਾਈਪੋਲ ਰੱਖਿਆ ਆਪਾਂ ਨੇ, ਨੈਗੇਟਿਵ ਚਾਰਜ ਹੈ ਇਹ ਹੈਗਾ ਪੋਜ਼ਿਟਿਵ ਚਾਰਜ, ਇਹ ਡਾਈਪੋਲ ਹੋ ਗਿਆ ਆਪਣਾ। ਡਾਈਪੋਲ ਦੀ ਜੋ ਡਾਇਰੈਕਸ਼ਨ ਹੈ P ਵੈਕਟਰ, ਡਾਈਪੋਲ ਮੂਵਮੈਂਟ P ਵੈਕਟਰ ਨਾਲ ਆਪਾਂ ਇਸ ਨੂੰ ਡਿਨੋਟ ਕਰਦੇ ਹਾਂ, ਇਹ ਨੈਗੇਟਿਵ ਟੂ ਪੋਜ਼ਿਟਿਵ ਚਾਰਜ ਹੁੰਦਾ ਹੈਗਾ। ਤਾਂ ਮੰਨ ਲਓ ਡਾਈਪੋਲ ਮੂਵਮੈਂਟ ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਆਹ ਸਾਰੇ ਇਲੈਕਟ੍ਰਿਕ ਫੀਲਡ ਲਾਈਨ ਨੂੰ ਸ਼ੋਅ ਕਰ ਰਹੇ ਨੇ, ਸੇਮ ਹੀ ਆ, ਠੀਕ ਹੈ। ਇਹ ਵੀ ਇਲੈਕਟ੍ਰਿਕ ਫੀਲਡ ਆ, ਇਹ ਵੀ ਸਾਰੇ E ਨੇ। ਤਾਂ ਲੈਟ ਕਰ ਲਓ ਕਿ ਇਲੈਕਟ੍ਰਿਕ ਫੀਲਡ ਤੇ ਡਾਈਪੋਲ ਮੂਵਮੈਂਟ ਦੇ ਵਿੱਚ ਜੋ ਐਂਗਲ ਆ ਉਹ ਕਿੰਨਾ ਥੀਟਾ ਐਂਗਲ ਰੱਖਿਆ ਹੈ। ਤਾਂ ਹੁਣ ਕੀ ਹੈਗਾ, ਜਦੋਂ ਆਪਾਂ ਇੱਕ ਡਾਈਪੋਲ ਨੂੰ ਰੱਖਦੇ ਹਾਂ ਇਲੈਕਟ੍ਰਿਕ ਫੀਲਡ ਦੇ ਵਿੱਚ, ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ,
ਤਾਂ ਉਹਦੇ ਜਿਹੜੇ ਪੋਜ਼ਿਟਿਵ ਚਾਰਜ ਹੈ ਅਤੇ ਨੈਗੇਟਿਵ ਚਾਰਜ ਹੈ ਉਹ ਤੇ ਫੋਰਸ ਚ ਲੱਗਦੇ ਨੇ ਜਾਂ ਉਹ ਫੋਰਸ ਦਾ ਫਾਰਮੂਲਾ ਜੀ ਆਪਾਂ ਪਿੱਛੇ ਪੜ ਚੁੱਕੇ ਹਾਂ ਜੀ। ਜੋ ਪੋਜ਼ਿਟਿਵ ਚਾਰਜ ਹੈ B ਪੁਆਇੰਟ ਤੇ ਪਿਆ ਹੈ, ਆ A ਪੁਆਇੰਟ ਮੰਨ ਲਓ, B ਪੁਆਇੰਟ ਤੇ ਜੋ ਪੋਜ਼ਿਟਿਵ ਚਾਰਜ ਪਿਆ ਉਸ ਤੇ ਜੋ ਫੋਰਸ ਲੱਗੇਗੀ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਲੱਗੇਗੀ, ਤਾਂ ਉਹ ਫੋਰਸ ਕਿੰਨੀ ਹੋਗੀ F1 ਇਜ਼ ਇਕੁਅਲ ਟੂ Q ਇਨਟੂ E ਵੈਕਟਰ, ਸੇਮ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਤੇ ਜੋ ਦੂਜਾ ਨੈਗੇਟਿਵ ਚਾਰਜ ਹੈ A ਪੁਆਇੰਟ ਤੇ ਉਸ ਤੇ ਫੋਰਸ ਕਿੰਨੀ ਲੱਗੇਗੀ? ਆਪੋਜ਼ਿਟ ਟੂ ਇਲੈਕਟ੍ਰਿਕ ਫੀਲਡ, F2 ਇਜ਼ ਇਕੁਅਲ ਟੂ ਮਾਈਨਸ Q E ਵੈਕਟਰ, ਇਸ ਦੀ ਡਾਇਰੈਕਸ਼ਨ A ਹੋਵੇਗੀ। ਠੀਕ ਹੈ, ਤਾਂ ਆਪਾਂ ਦੇਖ ਰਹੇ ਨੇ ਕਿ F1 Q E ਹੈ, F2 F2 माइनस Q E है। ठीक है, दो फोर्स लग रहे हैं पॉजिटिव चार्ज ते इधर ते नेगेटिव चार्ज ते इधर, ता ये दो फोर्स इक्वल इन मैग्नीट्यूड ने बट ऑपोजिट इन डायरेक्शन में। ठीक है, ਤਾਂ ਆਪਾਂ ਕੀ ਕਹਿ ਸਕਦੇ ਹਾਂ ਜੇ ਨੈਟ ਫੋਰਸ ਪਤਾ ਕਰਨੀ ਹੋਵੇ ਇਸ ਡਾਈਪੋਲ ਤੇ ਇਲੈਕਟ੍ਰਿਕ ਫੀਲਡ ਦੇ ਵਿੱਚ, ਤਾਂ ਨੈਟ ਫੋਰਸ ਕਿੰਨੀ ਆ ਜੂਗੀ? ਫੋਰਸ 1 ਪਲੱਸ ਫੋਰਸ 2, ਯਾਨੀ ਕਿ Q E ਮਾਈਨਸ Q E 0। ਤਾਂ ਨੈਟ ਫੋਰਸ ਕਿੰਨੀ ਹੁੰਦੀ ਆ? 0। ਇਹ ਗੱਲ ਆਪਾਂ ਨੇ ਯਾਦ ਰੱਖਣੀ ਹੈਗੀ ਕਿ ਜਦੋਂ ਵੀ ਆਪਾਂ ਕਿਸੇ ਡਾਈਪੋਲ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ, ਤਾਂ ਉੱਥੇ ਜੋ ਨੈਟ ਫੋਰਸ ਹੈ ਉਹ ਤਾਂ 0 ਹੁੰਦੀ ਆ, ਬਟ ਟਾਰਕ ਲੱਗਦਾ। ਟਾਰਕ ਕਿਵੇਂ ਲੱਗਦਾ ਗਾ? ਇਹ ਜੋ ਡਾਈਪੋਲ ਰੱਖਿਆ ਆਪਾਂ ਇਹਦੇ ਤੇ ਇੱਕ ਫੋਰਸ ਇਸ ਨੂੰ ਇੱਧਰ ਨੂੰ ਖਿੱਚ ਰਹੀ ਹੈ, ਦੂਜੀ ਫੋਰਸ ਇੱਧਰ ਨੂੰ ਖਿੱਚ ਰਹੀ ਹੈ, ਤਾਂ ਇਹ ਕੀ ਹੈ? ਇਸ ਤਰ੍ਹਾਂ ਡਾਈਪੋਲ ਮੰਨ ਲਓ, ਤਾਂ ਇਹ ਫੋਰਸ ਇਹਨੂੰ ਇੱਧਰ ਖਿੱਚ ਰਹੀ ਹੈ ਇਸ ਐਂਡ ਤੋਂ, ਇਸ ਐਂਡ ਤੋਂ ਇਹ ਫੋਰਸ ਇੱਧਰ, ਤਾਂ ਇਸ ਤੇ ਕੀ ਆ? ਇਸ ਤਰ੍ਹਾਂ ਦੀ ਫੋਰਸ ਲੱਗ ਰਹੀ, ਇਹ ਇੱਕ ਤਰ੍ਹਾਂ ਦਾ ਟਾਰਕ ਲੱਗ ਰਿਹਾ ਹੈਗਾ। ਇਕੁਅਲ ਫੋਰਸਿਸ ਨੇ ਬਟ ਆਪੋਜ਼ਿਟ ਲੱਗ ਰਹੇ ਨੇ, ਤੇ ਇਹਨਾਂ ਦੇ ਲਾਈਨ ਆਫ ਐਕਸ਼ਨ ਵੀ ਅਲੱਗ ਆ, ਡਿਫਰੈਂਟ ਪੁਆਇੰਟਸ ਤੇ ਲੱਗ ਰਹੇ ਨੇ, ਤਾਂ ਇਸ ਕਰਕੇ ਕੀ ਆ ਜਿਵੇਂ ਇਹ ਡਾਈਪੋਲ ਇਸ ਤਰ੍ਹਾਂ ਰੋਟੇਟ ਕਰੂਗਾ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਤਾਂ ਆਪਾਂ ਉਹੀ ਪਤਾ ਕਰਨਾ ਹੁਣ ਵੀ ਇਸ ਤੇ ਟਾਰਕ ਕਿੰਨਾ ਲੱਗੇਗਾ। ਟਾਰਕ ਦਾ ਆਪਾਂ ਨੂੰ ਫਾਰਮੂਲਾ ਪਤਾ ਹੈ ਪਲੱਸ 1 ਕਲਾਸ ਦੇ ਵਿੱਚੋਂ, ਵੀ ਨੋ ਦੈਟ ਟਾਰਕ ਹੁੰਦਾ ਇਧਰ ਫੋਰਸ ਇਨਟੂ ਪਰਪੈਂਡੀਕੁਲਰ ਡਿਸਟੈਂਸ। ਤਾਂ ਟਾਰਕ ਨੂੰ ਆਪਾਂ ਟਾਉ ਨਾਲ ਲਿਖਦੇ ਹਾਂ। ਫੋਰਸ ਕਿੰਨੀ ਆ ਗਈ? ਇੱਕ ਫੋਰਸ ਲੈ ਲਓ ਕੋਈ ਵੀ, ਚਾਹੇ F1 ਲੈ ਲਓ ਚਾਹੇ F2 ਲੈ ਲਓ, ਕਿਉਂਕਿ ਦੋਨੇ ਬਰਾਬਰ ਹੀ ਨੇ। F1 ਇਕੁਅਲ ਟੂ F2 ਇਨ ਮੈਗਨੀਟਿਊਡ, ਤਾਂ ਕਿੰਨੀ ਆ? QE ਇਨਟੂ ਮਲਟੀਪਲਾਈ ਦੇ ਵਿੱਚ ਪਰਪੈਂਡੀਕੁਲਰ ਡਿਸਟੈਂਸ। ਦੋ ਫੋਰਸ ਨੇ, ਇੱਕ ਫੋਰਸ ਆ ਸੀ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ, ਦੂਜੀ ਫੋਰਸ ਆ ਸੀ ਇਨ ਦਾ ਆਪੋਜ਼ਿਟ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਇਹਨਾਂ ਦੋਨਾਂ ਫੋਰਸਿਸ ਦੇ ਵਿੱਚ ਪਰਪੈਂਡੀਕੁਲਰ ਡਿਸਟੈਂਸ, ਆਪਾਂ ਇੱਥੇ ਇੱਕ ਪਰਪੈਂਡੀਕੁਲਰ ਡਰਾ ਕਰ ਲੈਂਦੇ ਹਾਂ, ਤਾਂ ਆ ਫੋਰਸ F2 ਆ ਫੋਰਸ F1 ਇਹਨਾਂ ਦੋਨਾਂ ਦੇ ਵਿੱਚ ਪਰਪੈਂਡੀਕੁਲਰ ਡਿਸਟੈਂਸ ਹੀ ਹੋ ਗਈ ਹੈ BN। BN ਮੈਂ ਇੱਕ ਪਰਪੈਂਡੀਕੁਲਰ ਡਰਾ ਕੀਤਾ ਹੈ। ਠੀਕ, ਤਾਂ ਪਰਪੈਂਡੀਕੁਲਰ ਡਿਸਟੈਂਸ ਮੈਂ ਲਿਖੀ ਇੱਥੇ BN। ਤਾਂ ਹੁਣ BN ਆਪਾਂ ਨੇ ਪਤਾ ਕਰਨੀ ਹੈ ਇਸ ਰਾਈਟ ਐਂਗਲ ਟ੍ਰਾਇੰਗਲ ਤੋਂ, ਰਾਈਟ ਐਂਗਲ ਟ੍ਰਾਇੰਗਲ ABN ਦੇ ਵਿੱਚ sin theta ਕਾਦੇ ਬਰਾਬਰ ਆਏਗਾ? ਪਰਪੈਂਡੀਕੁਲਰ ਅਪਾਨ ਹਾਈਪੋਟੇਨਿਊਸ। ਕਲੀਅਰ ਹੈ? BN ਆਪਾਂ ਨੇ ਪਤਾ ਕਰਨਾ, AB ਕੀ ਆ? ਲੈਂਥ ਆਫ ਦਾ ਡਾਈਪੋਲ, ਡਾਈਪੋਲ ਦੀ ਲੈਂਥ ਕਿੰਨੀ ਮੰਨ ਕੇ ਚੱਲਦੇ ਆਪਾਂ ਪਿਛਲੇ ਆਰਟੀਕਲਸ ਦੇ ਵਿੱਚ 2N, ਤਾਂ AB ਦੀ ਜਗ੍ਹਾ ਮੈਂ ਕਿੰਨਾ ਪੁੱਟ ਕਰ ਦੂੰ? 2N, ਤਾਂ BN / 2L। ਤਾਂ BN ਕਿੰਨਾ ਆ ਗਿਆ? 2L ਇਨਟੂ sin theta। ਇਹ ਵੈਲਿਊ ਆਪਾਂ ਪੁੱਟ ਕਰ ਦੇਵਾਂਗੇ ਇਸ ਇਕੁਏਸ਼ਨ ਦੇ ਵਿੱਚ, ਤਾਂ ਟਾਰਕ ਆਪਣੇ ਕੋਲ ਆ ਗਿਆ Q E ਇਨਟੂ 2L sin theta। ਹੁਣ ਆਪਾਂ ਨੂੰ ਪਤਾ ਵੀ Q ਇਨਟੂ 2L ਕੀ ਹੁੰਦਾ ਗਾ? ਡਾਈਪੋਲ ਮੂਵਮੈਂਟ। Q ਇਨਟੂ 2L ਇਜ਼ ਅ ਡਾਈਪੋਲ ਮੂਵਮੈਂਟ P। ਤਾਂ ਆਪਾਂ ਇੱਥੇ ਵੈਲਿਊ ਪੁੱਟ ਕਰ ਦਾਂਗੇ, ਤਾਂ ਟਾਰਕ ਕਿੰਨਾ ਆ ਗਿਆ? E ਪਿਆ ਸੀ ਆਪਣੇ ਕੋਲ, ਠੀਕ ਹੈ, ਆ ਕਿੰਨਾ Q ਇਨਟੂ 2L P, ਤੇ E ਇਸੇ ਤਰ੍ਹਾਂ ਹੀ ਪਿਆ, ਨਾਲ ਕੀ ਹੈ? sin theta। ਤਾਂ ਇਹ ਫਾਰਮੂਲਾ ਆ ਗਿਆ ਟਾਰਕ ਦਾ ਮੈਗਨੀਟਿਊਡ ਦੇ ਵਿੱਚ। ਜੇਕਰ ਆਪਾਂ ਲਿਖਣਾ ਇਸ ਦਾ ਵੈਕਟਰ ਫਾਰਮ, ਇਹ ਵੀ ਆਨਸਰ ਠੀਕ ਹੈ। ਠੀਕ ਹੈ, ਇੱਥੇ ਤੱਕ ਨਿਊਮੈਰੀਕਲਸ ਦੇ ਵਿੱਚ ਇਹ ਯੂਜ ਕਰ ਸਕਦੇ ਆਪਾਂ ਇਨ ਵੈਕਟਰ ਫਾਰਮ। ਟਾਰਕ ਵੈਕਟਰ ਇਜ਼ ਇਕੁਅਲ ਟੂ P ਕ੍ਰੋਸ E।
यह है वैक्टर फॉर्म दे विच फार्मूला टॉर्क का, है ना वैक्टर फॉर्म। ठीक है राजे, क्लियर है। न्यूमेरिकल्स दे विच भी फार्मूला यूज हो सकता है, फार्मूला यूज हो सकता है, डिपेंड करता है कि स्टेटमेंट की है। टॉर्क कितना लगता है, पी ई साइन थीटा, जो कह लो पी क्रॉस ई, क्योंकि आपने पढ़ा क्रॉस प्रोडक्ट आप लिख सकते हैं पी ई साइन थीटा। तो यह सीगा डाइपोल दे विच जो लगता टॉर्क जो प्रोड्यूस होता है, टर्निंग इफेक्ट जो प्रोड्यूस होता यूनिफॉर्म इलेक्ट्रिक फील्ड दे रखा तो जो डाइपोल है वो टर्न होने लग जाता, घूमन लग गया, इसे कहने आप टॉर्क लग गया। हूँ यह डिपेंड करता एंगल थीटे से कि किन्ने एंगल से डाइपोल रखा से, अपने उस एंगल के अकॉर्डिंग उससे टॉर्क लगना है। ठीक, तो मान लो आप ये हम की पढ़ सकते हैं, स्पैशल केस पढ़ सकते हैं। स्पैशल केस की पढ़ सकते हैं, इस एंगल से डिपेंड होंगे हुए स्पैशल केस थीटा। तो मान लो पहला स्पैशल केस है जे थीटा है जीरो डिग्री। जीरो डिग्री का मतलब की है कि जो डाइपोल है अपना वो इस तरह पिया है, डाइपोल मोमेंट की डायरेक्शन तो इलेक्ट्रिक फील्ड की डायरेक्शन सेम है, तो सेम डायरेक्शन एंगल की हो गया दोनों के पी ते ई दे विच जीरो डिग्री। तो जीरो डिग्री एंगल होने करके आप इतने वैल्यू पुट करा, टॉर्क कि आ गया पी ई इंटू साइन जीरो, साइन जीरो होता जीरो, तो अपने को टॉर्क कि आ गया जीरो, मिनिमम कह सकते आप इस मिनिमम टॉर्क है, जो कह लो इस पोजिशन कहना जो अपने को टॉर्क बिल्कुल जीरो हो, डाइपोल बिल्कुल हिले ना, बिल्कुल रोटेट ना करे, उसमें कहना इक्विलिब्रियम पोजीशन, स्टेबल इक्विलिब्रियम पोजीशन, स्टेबल इक्विलिब्रियम सेकंड केस दे विच आपां पढ़ांगे। जे एंगल हो जाता थीटा 90 डिग्री, 90 डिग्री से मान लो अपने डाइपोल इस तरह रख लिया कि डाइपोल मोमेंट पी ते ई दे विच जो एंगल है 90 डिग्री का मान लिया होवे, तां की आगा तां एंगल 90 डिग्री होने करके साइन 90 किन्ना होंदा जी 1 होंदा, साइन 90 डिग्री किन्ना होंदा 1, तो अपने को टॉर्क किन्ना आ गया एट थीटा इक्वल टू, टॉर्क इज इक्वल टू पी ई, ये की है मैक्सिमम, मैक्सिमम टॉर्क होगा कदों जो आप डाइपोल मोमेंट में परपेंडिकुलर टू द डायरेक्शन ऑफ इलेक्ट्रिक फील्ड रखते हाँ, मैक्सिमम टॉर्क की कंडीशन है। ये सारे पॉइंट्स तुसीं ने याद रखने ने, एक नंबर के क्वेश्चन के मल्टीपल चॉइस क्वेश्चन के कंपीटिशन एग्जाम क्वेश्चन पूछे जा सकते हैं। ठीक है, एक आ गल याद रखनी है कि नैट फोर्स तो जीरो होंगी है बट नैट टॉर्क इन्ना होंदा है। ठीक है, टॉर्क नहीं जीरो है, फोर्स जीरो है। थर्ड पॉइंट जो है मान लो एंगल थीटा 180 डिग्री, 180 डिग्री का की मतलब है कि अपने डाइपोल नू इलेक्ट्रिक फील्ड की ओपोजिट डायरेक्शन दे विच डाइपोल मूवमेंट की डायरेक्शन है, मतलब इस तरह डाइपोल रखता अपने आ जो टिप है इसकी उसकी डायरेक्शन दस रहा डाइपोल मूवमेंट की। ठीक है, तो हम पी अते ई दे विच एंगल कितना है 180 डिग्री, 180 डिग्री का एंगल होने करके साइन 180 डिग्री होंगे गा वो भी जीरो ही होंगे, तो अपने को टॉर्क की आजगा फिर जीरो, बट इस कंडीशन आप कहांगे अनस्टेबल इक्विलिब्रियम, अनस्टेबल इक्विलिब्रियम। ये तीन पॉइंट भी अपने याद रखने ने गे। ये जो आर्टिकल सीगा ये सीगा टॉर्क जो आप यूनिफॉर्म इलेक्ट्रिक फील्ड के रखते हाँ, जेकर आप डाइपोल नू रखिए नॉन यूनिफॉर्म इलेक्ट्रिक फील्ड फिर की होगा कुछ नहीं, फिर की है अपने को जो नैट फोर्स आई सी जीरो, नैट फोर्स भी जीरो नहीं होगी, कोई ना कोई फोर्स भी लगेगी उस नॉन यूनिफॉर्म इलेक्ट्रिक फील्ड के, क्यों क्योंकि यूनिफॉर्म इलेक्ट्रिक फील्ड होने करके इधर भी फोर्स सेम है इधर भी फोर्स सेम है, नॉन यूनिफॉर्म के हो सकता है इधर इलेक्ट्रिक फील्ड की स्ट्रेंथ ज्यादा हो इधर घट हो, इधर फोर्स हो सकता वध लग रही हो इधर घट लग रही हो ऑपोजिट हो रहा हो, एफ वन प्लस एफ टू करके जीरो नहीं आएगा, तो नैट फोर्स की होगी कुछ ना कुछ नैट फोर्स होगी इन नॉन यूनिफॉर्म इलेक्ट्रिक फील्ड, नैट फोर्स भी कुछ ना कुछ होगी नॉन जीरो होगी, तो टॉर्क भी कुछ ना कुछ होगा उसका भी आंसर नॉन जीरो आएगा। तो यह भी गल तुसीं ने याद रखनी है एक नंबर के क्वेश्चन वास्ते। हुण आपां गल कर देंगे टॉर्क की डायरेक्शन की, जो आप डायरेक्शन पता करनी हो इस तो कि किस डायरेक्शन के टॉर्क लग रहा है, जो पी क्रॉस ई आप लिखा इस तो डायरेक्शन पता करनी अपने,
डायरेक्शन पता करने वास्ते आपको बोलिए पी दी डायरेक्शन यही है, ई दी डायरेक्शन यही है। मैं इसको थोड़ा जिहा रब करके दोबारा बना लेना, इतने बनाने आप मान लो यह है पी वैक्टर डाइपोल मोमेंट, आसी ई वैक्टर यूनिफॉर्म इलेक्ट्रिक फील्ड, इन एंगल है थीटा। अपने को टॉर्क का आंसर क्या आया पी क्रॉस ई, पी क्रॉस ई का की मतलब है इतने अपने राइट हैंड स्क्रू रूल यूज होगा या राइट हैंड थंब रूल की है, पी दी क्रॉस के अपने फिंगरस करो ई वाल कर्ल कर दो तो थंब जिधर डायरेक्शन देगा वो होगी अपनी डायरेक्शन ऑफ टॉर्क। क्लियर है? तो इतने अपनी टॉर्क है जो अपने को डाइपोल मूवमेंट इस तरह पी है, इलेक्ट्रिक फील्ड इधर है तो पी क्रॉस ई लग के किधर आएगा अंदर वालों टॉर्क की डायरेक्शन की होगी इन टू द ब्लैक बोर्ड या इन टू द वाइट बोर्ड इन टू द बोर्ड जो भी अपना है ये। ठीक है? तो डायरेक्शन देखने वास्ते अपने केड़ा रूल यूज करना है राइट हैंड थंब रूल या राइट हैंड स्क्रू रूल, दोनों सेम ही होंगे। इस तरह आप इसकी डायरेक्शन देख सकते हाँ। मैं उम्मीद है कि तुम्हें अज के जो टॉपिक ने चंगी तरह क्लीयर हो गए होंगे, समझ लग गए होंगे। मिलते हैं अगली वीडियो के अगले टॉपिक के नाल। थैंक यू।